ਸਲਾਮ ਦੋਸਤੋ, ਕੀ ਹਾਲ ਚਾਲ ਆ? ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ, ਬਿਲਕੁਲ ਖੈਰ ਖਰੀਅਤ ਨਾ ਹੋਣਗੇ ਜੀ। ਅੱਛਾ ਜੀ, ਆਪਾਂ ਪਲੇਟਾਂ ਵਾਲਾ ਸਟੈਂਡ ਜਿੱਥੇ ਲਗਾਉਣਾ ਸੀ ਨਾ, ਉਹ ਜਗ੍ਹਾ ਸ਼ਗ੍ਹਾ ਪੱਧਰੀ ਸ਼ਦਰੀ ਕਰਨੀ ਆ। ਮਕਾਨ ਵਗੈਰਾ ਪੁਰਾਣੇ ਜਿਹੜੇ ਆ ਉਹ ਗਿਰਾ ਦਿੱਤੇ ਆ ਬਿਲਕੁਲ, ਅਤੇ ਹੁਣ ਜਾ ਕੇ ਉਹ ਜਾਣੀ ਕੱਚੀਆਂ ਇੱਟਾਂ ਨੇ ਨਾ, ਪਤਾ ਨਹੀਂ ਕਿਹੜੀ ਸਦੀ ਦੇ ਬਣੇ ਹੋਏ ਆ ਮਕਾਨ ਪਹਿਲੇ ਦੇ, ਅਤੇ ਉਹ ਢਾਇਆ ਉਹਦੇ ਵਿੱਚ ਕੱਚੀਆਂ ਇੱਟਾਂ ਨੇ। ਉਹ ਕੱਚੀਆਂ ਇੱਟਾਂ ਕੱਢ ਕੇ ਨਾ, ਯਾਨੀ ਜਿੱਥੇ ਟੋਏ ਆ ਉੱਥੇ ਹੁਣ ਭਰਤੀ ਪਾਉਣੀ ਆ, ਅਤੇ ਕਰਾ ਨਾ ਉਹ ਇੱਟਾਂ ਛਿੱਟਾਂ ਬਰਾਬਰ ਕਰਦੇ ਹਾਂ। ਬਾਕੀ ਤੁਹਾਨੂੰ ਦਿਖਾਉਂਦੇ ਹਾਂ ਫਿਰ ਰਿਜ਼ਲਟ ਕਿਵੇਂ ਛਿੱਕਣਾ। ਅੱਲਾ ਖੈਰ ਕਰੇ ਆਪਣੇ 2-4 ਦਿਨ ਦੋ ਚਾਰ ਦਿਨ ਜਾਂ ਹਫ਼ਤੇ ਦੇ ਅੰਦਰ ਅੰਦਰ ਸਟੈਂਡ ਵੀ ਆ ਜਾਣਗੇ। ਫਿਰ ਉਹਦੀ ਯਾਨੀ ਬਣਾ ਕੇ ਥੱਲੋਂ ਪਿੱਲਰ ਸ਼ਿਲਰ ਭਰ ਕੇ ਸੀਮੈਂਟ ਨਾਲ, ਉਹਦੇ ਆਪਾਂ ਬਿਲਕੁਲ ਪ੍ਰੋਪਰ ਸਟੈਂਡ ਬਣਾ ਕੇ ਫਿਰ ਉਹਦੇ ਉੱਤੇ ਲਾ ਕੇ ਪਲੇਟਾਂ, ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ। ਬਾਕੀ ਚੱਲਦੇ ਹਾਂ ਫਿਰ, ਜਾ ਕੇ ਮਾਰਦੇ ਹਾਂ ਟਰੈਕਟਰ ਨੂੰ ਸਲਫ, ਕਰਦੇ ਹਾਂ ਕੰਮ ਸਟਾਰਟ ਦੂਸਰਾ। ਜੀ ਕਰਾ ਸ਼ਰਾ ਮਾਰਿਆ, ਅਜੇ ਕੁਛ ਪੱਧਰ ਕਰ ਲਿਆ ਨੇ ਅਤੇ ਕੁਛ ਹਜੇ ਪੱਧਰੀਆਂ ਕਰਨੀਆਂ ਨੇ, ਉਹ ਕਰਕੇ ਤਾਂ ਫਿਰ ਨਾਲ ਨਾਲ ਵੀਡੀਓ ਚੱਲੇਗੀ, ਨਾਲੇ ਪੱਧਰੀਆਂ ਕਰਦੇ ਰਹਾਂਗੇ ਜੀ। ਸਾਈਡ 'ਤੇ ਹੋ ਜਾਣਾ, ਪਰਾਂ ਦੀ ਅੱਗ ਬਣਾ ਲਾ, ਤੂੰ ਆਪਦਾ ਮੂੰਹ ਨਹੀਂ ਪਾਸੇ ਕਰਨਾ ਹੈ। ਹਮ ਡਿੱਗਦੇ ਪੈਰ ਪਿੱਛੋਂ ਪਰਾਂ ਆ ਜਾ, ਕਿੱਲਾ ਚੱਕ ਲਾ ਵਿੱਚ, ਪਿੱਛੋਂ ਪਰਾਂ ਆ ਜਾ। ਦੋਵੇਂ ਪੈਰ ਰੱਖ ਲਓ, ਦੋਵੇਂ ਕਾਬੂ ਅਗ ਪੈਰ। ਮਰੇ ਸੁੱਕ ਸੱਟ ਕੇ ਨਹੀਂ ਆਇਆ ਡੰਗਰਾਂ ਥੱਲੇ, ਸੁੱਕ ਸੱਟ ਕੇ ਨਹੀਂ ਆਇਆ। ਹੁਣ ਦੱਸ ਕੀ ਕਰਦਾ ਮੈਂ, ਦੱਸ ਕੀ ਕਰਦਾ, ਹੈਲੋ ਹੁਣ ਦੱਸ ਕੀ ਕਰਦਾ ਮੈਂ। ਪੂਰਾ ਪਲਾਟ ਹੈ ਸਾਰੇ ਜਣੇ,
ਕਾਬੂ ਆ ਗਿਆ ਬਾਈ, ਕਾਬੂ ਆ ਕੇ ਪੱਟ 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 ਦੁਬਾਰਾ ਦੌੜ ਲਾਈ ਇੱਕ ਦਫਾ ਲਾ ਸੇ ਤੇਰੇ ਕੋਲ 1 ਕਿੱਲਾ ਨਹੀਂ ਪਟੀਤਾ ਚੜ੍ਹਨਾ ਕੋਈ ਨਹੀਂ ਹੁਣ ਤੇ ਔਰ ਟਕਲੇ ਕਿੱਲਾ ਪਾੜਦੇ ਹੁਣ ਪਟੀ ਜਾਗਾ ਉੱਤੋਂ ਲੰਘ ਗਿਆ ਟਰੈਕਟਰ, ਮਜ਼ਾਕ ਨਹੀਂ ਪਟੀ ਜਾਗਾ ਹੁਣ ਤੂੰ ਟਰੈਕਟਰ ਲੰਘ ਗਿਆ ਪਟੀ ਜਾਗਾ ਜ਼ੋਰ ਲਾ ਹੋਰ ਜ਼ੋਰ ਲਾ ਬੋਲ ਜ਼ੋਰ ਲਾ ਇੱਥੇ ਅੱਛਾ ਬਾਸ਼ਾ ਜੀ ਕਿੱਲਾ ਕੱਢ ਮੁੱਢਾ ਛੱਡਿਆ ਹੈ
ਲੱਗ ਗਿਆ ਪਏ ਹੋ? ਲੱਗ ਗਿਆ ਤਾਂ ਪਏ ਆ। ਅੱਛਾ, ਮੈਂ ਕਿਹਾ ਚਲੋ ਅਸੀਂ ਵੀ ਤਸਵੀਰ ਬਣਾ ਲਈਏ, ਕਰੇ ਆਈਏ, ਹੈਂ ਥੋੜਾ ਹਿਸਾਬ ਕਿਤਾਬ ਲਾ ਆਈਏ। ਵਧੀਆ, ਤੁਸੀਂ ਸੁਣਾਓ? ਇਹ ਤਾਂ ਸਾਰੇ ਚੌਂਕੇ ਵੀ ਹੈ ਮੁਕੰਮਲ ਬੂਟਾ, ਅਸੀਂ ਅੰਬਾਂ ਦਾ ਇਹਨਾਂ ਦਾ ਐਵੇਂ ਗੱਲ, ਅਸ਼ੋਕਾ ਤੋਂ ਵੱਲ ਹੋਏ ਨੇ ਬੂਟੇ, ਛੋਟਾ ਛੋਟਾ ਸੀ ਇਹ, ਐਸ ਕੀ ਫਿਰ ਵੀ ਸਹੀ ਹੈ, ਸ਼ਾਇਦ ਮੋਟਾ ਸ਼ਾਇਦ ਹੈ ਇਹਦਾ, ਐਸ ਕੀ ਸ਼ਾਇਦ ਮੋਟਾ ਇਹਦਾ, ਦੇਸੀ ਆਪਣਾ ਚੰਗਾ ਰਹਿ ਗਿਆ ਫਿਰ ਵੀ। ਅੱਛਾ, ਹਾਂ ਠੀਕ ਵੇਖ ਗਿਆ, ਸਹੀ ਵੇਖ ਗਿਆ, ਹਾਂ ਸਹੀ। ਸਾਰਾ ਸਮਾਨ ਹੈ, ਪੇਟੀਆਂ ਪੂਟੀਆਂ ਦਾ ਰੱਦੀ ਦਾ ਖਰਚਾ ਕੱਢ ਕੇ ਨਾ, ਉਹ ਫਿਰ ਵੀ 5000 ਬਚਾ ਗਿਆ, ਸਹੀ ਜੀ। ਜਗ੍ਹਾ ਵਗੈਰਾ ਪੱਧਰ ਕਰ ਲਈ ਹੈ, ਬਿਲਕੁਲ ਬਰਾਬਰ ਹੋ ਗਈ ਹੈ, ਅਤੇ ਬਾਕੀ ਹੁਣ ਜਿਹੜਾ ਇੱਕ ਦੋ ਦਿਨਾਂ ਤੱਕ ਆ ਜਾਣਗੇ ਸਟੈਂਡ ਵੀ। ਬਾਕੀ ਮਜ਼ੀਦ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ, ਇਹਦੇ ਨਾਲ ਵੀਡੀਓ ਦਾ ਐਂਡ ਕਰਦੇ ਹਾਂ। ਬਾਕੀ ਫਿਰ ਜਿਵੇਂ ਸਟੈਂਡ ਵਗੈਰਾ ਆਉਣਗੇ ਨਾਲ ਵੀਡੀਓ ਬਣਾ ਲਵਾਂਗੇ ਨਵੀਂ ਪ੍ਰੋਪਰ, ਫਿਰ ਤੁਹਾਨੂੰ ਦਿਖਾ ਦਿਆਂਗੇ। ਬਾਕੀ ਫਿਰ ਲਾਲਤਾ ਪਈਆਂ ਨੇ ਪਲੇਟਾਂ ਸਾਰੀਆਂ।